ਤਾਂ ਯਰੂਸ਼ਲਮ ਦੇ ਲੋਕਾਂ ਵਿੱਚੋਂ ਕਈ ਆਖਦੇ ਸਨ ਕਿ ਇਹ ਉਹ ਨਹੀਂ ਜਿਹਦੇ ਮਾਰ ਸੁੱਟਣ ਦੇ ਮਗਰ ਉਹ ਪਏ ਸਨ। ਪਰ ਵੇਖੋ, ਉਹ ਤਾਂ ਖੁੱਲ੍ਹੇ ਬਚਨ ਪਿਆ ਬੋਲਦਾ ਹੈ ਅਤੇ ਉਹ ਉਹਨੂੰ ਕੁਝ ਨਹੀਂ ਆਖਦੇ ਕਿ ਸਰਦਾਰਾਂ ਨੇ ਸੱਚ ਜਾਣ ਲਿਆ ਜੋ ਇਹੀ ਮਸੀਹ ਹੈ। ਪਰ ਅਸੀਂ ਉਹਨੂੰ ਜਾਣਦੇ ਹਾਂ ਜੋ ਕਿੱਥੇ ਦਾ ਹੈ, ਪਰ ਜਾਂ ਮਸੀਹ ਆਊਗਾ ਤਾਂ ਕੋਈ ਨਹੀਂ ਜਾਣੂ ਕਿ ਉਹ ਕਿੱਥੋਂ ਦਾ ਹੈ। ਇਸ ਕਰਕੇ ਯਿਸੂ ਹੈਕਲ ਵਿੱਚ ਉਪਦੇਸ਼ ਕਰਦਾ ਹੈ, ਉੱਚੀ ਬੋਲਿਆ, ਭਾਈ ਤੁਸੀਂ ਤਾਂ ਮੈਨੂੰ ਜਾਣਦੇ ਹੋ, ਨਾਲੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਪਰ ਜਿਸ ਨੇ ਮੈਨੂੰ ਕੱਲਿਆ ਹੈ ਉਹ ਸੱਚਾ ਹੈ। ਪਰ ਜਿਹਨੂੰ ਤੁਸੀਂ ਨਹੀਂ ਜਾਣਦੇ, ਪਰ ਮੈਂ ਉਹਨੂੰ ਜਾਣਦਾ ਹਾਂ, ਕਿਉਂ ਜੋ ਮੈਂ ਉਹਦੇ ਵੱਲੋਂ ਹਾਂ ਅਤੇ ਉਹਨੇ ਮੈਨੂੰ ਕੱਲਿਆ ਹੈ। ਤਦ ਉਹ ਉਸਦੇ ਫੜਨ ਦੇ ਮਗਰ ਪਏ। ਪਰ ਕਿੰਨੇ ਉਸ ਉੱਤੇ ਹੱਥ ਨਾ ਪਾਇਆ, ਇਸ ਲਈ ਜੋ ਉਸਦਾ ਵੇਲਾ ਅਜੇ ਨਹੀਂ ਸੀ ਆਇਆ। ਪਰ ਉਹਨਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ, ਜਾਂ ਮਸੀਹ ਆਊਗਾ ਤਾਂ ਭਲਾ ਉਹ ਇਹਨਾਂ ਨਿਸ਼ਾਨਾਂ ਵਿੱਚੋਂ ਜਿਹੜੇ ਇਸਨੇ ਵਿਖਾਲੇ ਹਨ ਕੁਝ ਵੱਧ ਵਿਖਾ ਲੂ। ਫਰੀਸੀਆਂ ਨੇ ਉਹਦੇ ਵੇਖੇ ਲੋਕਾਂ ਦੀ ਇਹ ਚਰਚਾ ਸੁਣੀ ਤਾਂ ਪ੍ਰਧਾਨ ਜਾਚਕਾਂ ਅਤੇ ਫਰੀਸੀਆਂ ਨੇ ਸਿਪਾਹੀ ਘੱਲੇ ਜੋ ਉਹਨੂੰ ਫੜ ਲਿਆ। ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ ਅਤੇ ਜਿਨ ਮੈਨੂੰ ਘੱਲਿਆ ਹੈ ਉਹਦੇ ਕੋਲ ਚੱਲਿਆ ਜਾਂਦਾ ਹਾਂ। ਤੁਸੀਂ ਮੈਨੂੰ ਪਾਲੋਗੇ ਅਤੇ ਮੈਨੂੰ ਨਾ ਲੱਭੋਗੇ, ਪਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸਕਦੇ। ਉਪਰੰਤ ਯਹੂਦੀਆਂ ਨੇ ਆਪਸ ਵਿੱਚ ਆਖਿਆ, ਉਹ ਕਿੱਥੇ ਜਾਓ ਜੋ ਅਸੀਂ ਉਹਨੂੰ ਨਾ ਲੱਭਾਂਗੇ? ਭਲਾ ਉਹਨਾਂ ਕੋਲ ਜਾਓ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਤੇ ਯੂਨਾਨੀਆਂ ਨੂੰ ਉਪਦੇਸ਼ ਕਰੋ। ਇਹ ਕੀ ਗੱਲ ਹੈ ਜਿਹੜੀ ਉਹਨੇ ਆਖੀ ਕਿ ਤੁਸੀਂ ਮੈਨੂੰ ਪਾਲੋਗੇ ਤੇ ਮੈਨੂੰ ਨਾ ਲੱਭੋਗੇ, ਔਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸਕਦੇ? ਤੂੰ ਹੈ ਕੌਣ? ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ, ਭਾਈ ਜੇ ਕੋਈ ਤਿਆਇਆ ਹੋਵੇ ਅਤੇ ਮੇਰੇ ਕੋਲ ਆਏ ਅਤੇ ਪੀਵੇ ਜਾਂ ਕੋਈ ਮੇਰੇ ਉੱਤੇ ਨਿਸ਼ਚਾ ਕਰਦਾ ਹੈ, ਲਿਖਤ ਦੇ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। ਪਰ ਉਹਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨੂੰ ਪ੍ਰਾਪਤ ਹੋਣਾ ਸੀ, ਜਿੰਨਾ ਉਸ ਉੱਤੇ ਨਿਹਚਾ ਕੀਤੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ। ਇਸ ਲਈ ਜੋ ਯਿਸੂ ਦਾ ਤੇਜ ਪ੍ਰਕਾਸ਼ ਨਹੀਂ ਸੀ ਹੋਇਆ, ਤਾਂ ਭੀੜ ਵਿੱਚੋਂ ਕਈਆਂ ਨੇ ਇਹ ਗੱਲਾਂ ਸੁਣ ਕੇ ਆਖਿਆ, ਸੱਚੀ ਮੁੱਚੀ ਇਹ ਉਹ ਨਬੀ ਹੈ, ਭਲਾ ਮਸੀਹ ਗਲੀਲ ਵਿੱਚੋਂ ਆਉਂਦਾ ਹੈ। ਕਤੇਬ ਨੇ ਨਹੀਂ ਆਖਿਆ ਕਿ ਮਸੀਹ ਦਾਊਦ ਦੀ ਅੰਸ਼ ਵਿੱਚੋਂ ਅਤੇ ਬੈਥਲਹਿਮ ਦੀ ਨਗਰੀ ਤੋਂ ਜਿੱਥੋਂ ਦਾਊਦ ਸੀ ਆਉਂਦਾ ਹੈ? ਸੋ ਉਹਦੇ ਕਾਰਨ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਉਹਨਾਂ ਵਿੱਚੋਂ ਕਿੰਨੇ ਚਾਹੁੰਦੇ ਸਨ ਕੋਈ ਉਹਨੂੰ ਫੜ ਲਈਏ, ਪਰ ਕਿਸੇ ਨੇ ਉਸ ਉੱਤੇ ਹੱਥ ਨਹੀਂ ਪਾਏ। ਉਪਰੰਤ ਉਹ ਸਿਪਾਹੀ ਪ੍ਰਧਾਨ ਜਾਚਕਾਂ ਅਤੇ ਫਰੀਸੀਆਂ ਕੋਲ ਆਏ ਅਤੇ ਉਹਨੂੰ ਆਖਿਆ, ਤੁਸੀਂ ਉਹਨੂੰ ਕਿਉਂ ਨਾ ਲਿਆ? ਇਹਦੇ ਤੂਲ ਕਦੇ ਕਿਸੇ ਮਨੁੱਖ ਨੇ ਵਚਨ ਨਹੀਂ ਕੀਤਾ। ਕੀ ਤੁਸੀਂ ਵੀ ਪਰਮਾਏਗੇ? ਭਲਾ ਸਰਦਾਰਾਂ ਤੇ ਫਰੀਸੀਆਂ ਵਿੱਚੋਂ ਕਿਹਨੇ ਉੱਤੇ ਨਿਛਾ ਕੀਤੀ ਹੈ? ਪਰ ਲਾਨਤ ਹੈ ਇਹਨਾਂ ਲੋਕਾਂ ਦੇ ਜਿਹੜੇ ਸ਼ਰ੍ਹਾਂ ਨੂੰ ਨਹੀਂ ਜਾਣਦੇ ਹਨ। ਇਹਨਾਂ ਨੂੰ ਪਰਮੇਸ਼ਰ ਦਾ ਸ਼ਰਾਪ ਲੱਗੇਗਾ। ਨਿਕੋਦੇਮਸ ਨੇ ਜਿਹੜਾ ਪਹਿਲਾਂ ਯਿਸੂ ਦੇ ਕੋਲ ਆਇਆ ਅਤੇ ਉਹਨਾਂ ਵਿੱਚੋਂ ਇੱਕ ਸੀ, ਉਹਨਾਂ ਨੂੰ ਆਖਿਆ, ਕੀ ਸਾਡੀ ਸ਼ਰ੍ਹਾਂ ਕਿਸੇ ਮਨੁੱਖ ਨੂੰ ਉਹਦੀ ਸੁਣਨ ਅਤੇ ਜਾਣਨ ਤੋਂ ਪਹਿਲਾਂ ਭਾਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ? ਭਲਾ ਤੂੰ ਵੀ ਗਲੀਲ ਤੋਂ ਹੈ? ਪਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਾ ਵੀ ਨਹੀਂ ਉੱਠਦਾ,